ਉਦੋਂ ਅੰਮ੍ਰਿਤਧਾਰੀ ਸਿੰਘ ਹੀ ਕਾ ਪਾਠ ਕਰ ਸਕਦੇ ਠੀਕ ਹੈ ਜ਼ਰੂਰੀ ਅੱਛਾ ਜਥੇਦਾਰ ਸਾਹਿਬ ਇੱਕ ਸਭ ਤੋਂ ਵੱਡਾ ਮਸਲਾ ਇਹ ਆ ਵੀ ਜਿਵੇਂ ਸਰੀ ਦੇ ਵਿੱਚ ਕੁਰਸੀਆਂ ਦਾ ਮਸਲਾ ਹੋਇਆ ਸੀ ਤੇ ਕਮਿਊਨਿਟੀ ਜਿਹੜੀ ਹੈਗੀ ਉਹ ਦਫਾੜ ਹੋਈ ਅੱਧੇ ਕੁਰਸੀਆਂ ਤੇ ਐਤਵਾਰ ਨੂੰ ਆਪਣੇ ਉਰੇ ਬੱਚੇ ਦੀਆਂ ਕਲਾਸਾਂ ਲੱਗਦੀਆਂ ਨੇ ਅੱਛਾ ਉਹਨਾਂ ਨੂੰ ਗੁਰਬਾਣੀ ਪੜ੍ਹਾਉਣ ਲਈ ਪੰਜਾਬੀ ਪੜ੍ਹਾਉਣ ਲਈ ਤੇ ਨਾਲੇ ਜਿੱਦਾਂ 2 ਮਹੀਨੇ ਦੀ ਛੁੱਟੀਆਂ ਸੀ ਉਦੋਂ ਕੈਂਪ ਦੇ ਵਿੱਚ ਉਹ ਸਿਲੇਬਸ ਤਿਆਰ ਕੀਤਾ ਇਹਨਾਂ ਨੇ ਹਾਂਜੀ ਅੱਗੇ ਦੱਸੋ ਉਹ ਗਲਤ ਸਿਲੇਬਸ ਤਿਆਰ ਕੀਤਾ ਉਹ ਕਰਮਾਂ ਚ ਸਿਲੇਬਸ ਦੇ ਵਿੱਚ ਉਹਨੇ ਜਿਹੜਾ ਵਾਹਿਗੁਰੂ ਆ ਵਾਹੇ ਨੂੰ ਸਿਹਾਰੀ ਪੈਂਦੀ ਆ ਉਹਨੇ ਵਾਹੇ ਨੂੰ ਕਹਿੰਦਾ ਹਾ ਹਾ ਵਾਹਿਗੁਰੂ ਕਰਤਾ ਵਾਹਿਗੁਰੂ ਦੇ ਸਿਹਾਰੀ ਘਟਦੀ ਵਾਹਿਗੁਰੂ ਦੀ ਸਿਹਾਰੀ ਘਟਦੀ ਸੁਣੀ ਚੱਲ ਕਹਿੰਦਾ ਹਾਹੇ ਨੂੰ ਸਿਹਾਰੀ ਪੈਣੀ ਨੀ ਗੀ ਵਾਹਿਗੁਰੂ ਪੈਣਾ ਵਾਹ ਵਾਹ ਵਾਹੇ ਨੂੰ ਕਹਿੰਦਾ ਹਾ ਹਾ ਹੁਣ ਸੁਣਿਓ ਇੱਕ ਮਿੰਟ ਅਰਦਾਸ ਦੇ ਵਿੱਚ ਦੋਹਰਾ ਪੜਿਆ ਜਾਂਦਾ ਜੋ ਪ੍ਰਭ ਕੋ ਮਿਲਵੋ ਚਾਹੇ ਕੋ ਸ਼ਬਦ ਮਿਲੇ ਇਹ ਸਦਾ ਹੀ ਚੱਲਣ ਵਾਲਾ ਦੋਹਰਾ ਹੈ ਕਿ ਗੁਰੂ ਸਾਹਿਬ ਸਾਡੇ ਗੁਰੂ ਆ ਤੇ ਜੋ ਅਸੀਂ ਤਾਕਤ ਲੈਣੀ ਆ ਜ਼ਿੰਦਗੀ ਦਾ ਮਾਰਗ ਲੈਣਾ ਤੇ ਸ਼ਬਦ ਗੁਰੂ ਚੋਂ ਲੈਣਾ ਉਹਨੇ ਕਰਤਾ ਜੋ ਸਿੱਖ ਮੋ ਮਿਲਵੋ ਚਾਹੇ ਖੋਜ ਇਨ ਹੋ ਮਿਲੇ ਹੁਣ ਉਹਦੇ ਕੋਲੇ ਕੀ ਤਾਕਤ ਆ ਕਿਹਨੇ ਦਿੱਤੀ ਉਹਨੂੰ ਇਹ ਤਾਕਤ ਸਿੱਖ ਨੂੰ ਮਿਲਵੋ ਜੋ ਸਿੱਖ ਮੋ ਮਿਲਵੋ ਚਾਹੇ ਖੋਜ ਇਨ ਹੋ ਮਿਲੇ ਬੇਵਕੂਫ ਨੂੰ ਸਿੱਖ ਨੇ ਗੁਰੂ ਨੂੰ ਮਿਲਣਾ ਕਿ ਸਿੱਖ ਨੂੰ ਮਿਲਣਾ ਤੁਸੀਂ ਇੱਕ ਹੋਰ ਸੁਣੋ ਇੱਕ ਹੋਰ ਵੀ ਜਥੇਦਾਰ ਸਾਹਿਬ ਜੀ ਇੱਕ ਉਹਨੇ ਜਿਹੜੇ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਆਪਾਂ ਦਰਸ਼ਨ ਦੇ ਦਾਰੇ ਲੋਚਨੇ ਅਰਦਾਸ ਚੋਂ ਉਹ ਵੀ ਕੱਢਤੇ ਜੀ ਉਹਨੇ ਅੱਛਾ ਹਾਂਜੀ ਤੇ ਉਹ ਗੁਰਦੁਆਰੇ ਤੜਾ ਤੜ ਖਰੀਦ ਰਹੇ ਆ ਐਸ ਗੁਰਦੁਆਰੇ ਨੇ $5,700 ਦੇ ਕੇ ਉਹ ਖਰੀਦਿਆ ਉਹ ਦੁਆਰ ਕਿਉਂ ਰੌਲਾ ਪਿਆ ਕਦੋਂ ਦੀ ਗੱਲ ਹੈ ਇਹ ਹੁਣ ਚੱਲ ਰਿਹਾ ਪ੍ਰੋਗਰਾਮ ਮੁੜ ਕੇ ਸੱਤ ਮਹੀਨੇ ਹੋ ਗਏ ਅਸੀਂ ਲਿਆਉਣਾ ਅਸੀਂ ਨੋਟਿਸ ਦੇ ਵਿੱਚ ਪਹਿਲਾਂ ਕਮੇਟੀ ਨੂੰ ਲਿਆਂਦਾ ਸੀ ਸੁਪਰੀਮ ਕੌਂਸਲ ਨੂੰ ਲਿਆਂਦਾ ਸੁਪਰੀਮ ਕੌਂਸਲ ਨੇ ਉਹਨੂੰ ਸਸਪੈਂਡ ਕਰਤਾ ਨਾ ਕਿ ਟਰਮੀਨੇਟ ਕੀਤਾ ਸਸਪੈਂਡ ਦਾ ਮਤਲਬ ਕਦੋਂ ਵੀ ਬਹਾਲ ਹੋ ਸਕਦਾ ਹੈ ਟਰਮੀਨੇਟ ਆ ਵੀ ਇਹਨੂੰ ਖਤਮ ਕਰ ਦਿਓ ਠੀਕ ਹੈ ਕਿ ਨਹੀਂ ਫਿਰ ਉਹਨੇ ਕਵਿਤਾਵਾਂ ਲਿਖੀਆਂ ਉਹਦੇ ਚ ਸਮਝ ਆ ਗਈ ਤੇ ਉਹ ਵੀ ਤੁਸੀਂ ਪੜ੍ਹ ਲਓ ਮੁੜ ਕੇ ਉਹ ਤੋਂ ਬਾਅਦ ਇਹ ਸਿਲੇਬਸ ਤੁਹਾਨੂੰ ਸਾਰਾ ਅਸੀਂ ਰਿਟਨ ਚ ਵੀ ਦੇ ਦਿਆਂਗੇ ਰਹਿਤ ਮਰਿਆਦਾ ਅਕਾਲ ਤਖ਼ਤ ਸਾਹਿਬ ਨੇ ਕਿੰਨੇ ਸਾਲਾਂ ਤੋਂ ਬਾਅਦ ਅਪਰੂਵ ਕੀਤੀ ਤਾਂ ਰਹਿਤ ਮਰਿਆਦਾ ਬਣੀ ਇਹ ਬੰਦੇ ਕੋਲੇ ਕੋਈ ਤਾਕਤ ਨਹੀਂ ਅਸੀਂ ਇਹ ਗੱਲ ਮੰਨਦੇ ਹਾਂ ਵੀ ਇਹ ਕਿਸੇ ਸੋਫੇ ਤੇ ਬਹਿ ਕੇ ਕਿਸੇ ਘਰ ਚ ਲਿਆ ਕੇ ਸਿਲੇਬਸ ਬਣਾ ਦੇ ਤੇ ਦੋਹਰੇ ਚੇਂਜ ਕਰ ਦੇ ਉਹ ਐਵੇਂ ਕਵਿਤਾਵਾਂ ਲਿਖਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਨਨਕਾਣਾ ਸਾਹਿਬ ਨੂੰ ਪਾਸੇ ਕੱਢ ਦੇਵੇ ਇਹਦੇ ਕੋਲੇ ਕੋਈ ਤਾਕਤ ਨਹੀਂ ਇਹਨੂੰ ਪੰਥ ਚੋਂ ਛੇਕਿਆ ਜਾਵੇ ਅਸੀਂ ਜਥੇਬੰਦੀਆਂ ਕਮਿਊਨਿਟੀ ਅਸੀਂ ਲਿਖ ਕੇ ਦੇਵਾਂਗੇ ਤੇ ਗੁਰਦੁਆਰਾ ਚਮਕੌਰ ਦਾ ਸਾਕਾ ਵੀ ਕੱਢ ਦਿਓ ਸਾਕਾ ਕੱਢ ਕੁਛ ਹੈਗਾ ਨਾ ਠੀਕ ਹੈ ਹਾਂਜੀ ਉਹ ਟੂਕਮਾ ਤੁਸੀਂ ਲਿਖ ਕੇ ਭੇਜ ਦਿਓ ਬਸ ਠੀਕ ਹੈ ਜੀ ਠੀਕ ਹੈ